ਨਡਾਲਾ ਦੇ 22 ਸਾਲਾ ਨੌਜਵਾਨ ਦੀ ਹੋਈ ਅਮਰੀਕਾ ਵਿੱਚ ਸੜਕ ਹਾਦਸੇ 'ਚ ਮੌਤ। ਪਰਿਵਾਰ ਵਾਲਿਆਂ ਦਾ ਨਹੀਂ ਚੱਲਿਆ ਜਾਂਦਾ ਚੀਕ ਚਿਹਾੜਾ। ਰੋਜ਼ੀ ਰੋਟੀ ਖਾਤਰ ਬੰਦਾ ਦੂਰ 7 ਸਮੁੰਦਰਾਂ ਪਾਰ ਵੀ ਚਲਾ ਜਾਂਦਾ ਤਾਂ ਕਿ ਘਰ ਦੇ ਹਾਲਾਤ ਸੁਧਰ ਜਾਣ, ਤੇ ਜੇਕਰ ਉਹੀ ਨੌਜਵਾਨ ਪੁੱਤਾਂ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਫਿਰ ਮਾਪਿਆਂ ਦਾ ਜਿਹੜਾ ਹਾਲ ਹੁੰਦਾ ਉਹ ਬਿਆਨ ਕਰਨਾ ਵੀ ਬਹੁਤ ਮੁਸ਼ਕਲ ਹੈ। ਅਮਰੀਕਾ ਗਏ ਪਿੰਡ ਤਲਵੰਡੀ ਕੁੱਕਾ ਦੇ ਨੌਜਵਾਨ ਰਾਜਵਿੰਦਰ ਸਿੰਘ ਦੇ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ। ਪਰਿਵਾਰ ਦੇ ਵਿੱਚ ਸੱਥਰ ਵਿਛੇ ਪਏ ਨੇ। ਘਰ ਦੇ ਹਾਲਾਤ ਸੁਧਾਰਨ ਦੇ ਲਈ ਕਰਜ਼ਾ ਚੁੱਕ ਕੇ ਮਾਪਿਆਂ ਨੇ ਕਰੀਬ 5 ਸਾਲ ਪਹਿਲਾਂ ਆਪਣੇ ਪੁੱਤਰ ਨੂੰ ਅਮਰੀਕਾ ਵਿਖੇ ਭੇਜਿਆ, ਜਿੱਥੇ ਉਹ ਕੈਲੀਫੋਰਨੀਆ ਦੇ ਵਿੱਚ ਰਹਿ ਕੇ ਟਰਾਲਾ ਚਲਾਉਂਦਾ ਸੀ ਅਤੇ ਪੱਕਾ ਵੀ ਹੋ ਚੁੱਕਾ ਸੀ। ਕੁਝ ਹੀ ਦਿਨਾਂ ਦੇ ਵਿੱਚ ਉਸਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਵੇਰੇ 7:30 ਵਜੇ ਅਮਰੀਕਾ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਫੋਨ ਕਰਕੇ ਇਸ ਨੌਜਵਾਨ ਦੇ ਮਾਪਿਆਂ ਨੂੰ ਇਹ ਮੰਦਭਾਗੀ ਖਬਰ ਸੁਣਾਈ ਤਾਂ ਮਾਪਿਆਂ 'ਤੇ ਕੀ ਬੀਤੀ ਤੁਸੀਂ ਵੀ ਮਹਿਸੂਸ ਕਰੋ ਜ਼ਰਾ। ਮੇਰਾ ਨਾਂ ਤਰਲੋਕ ਸਿੰਘ ਹੈ ਜੀ, ਅਤੇ ਮੁੰਡਾ ਮੇਰਾ ਗਿਆ ਸੀ 2018 'ਚ ਜਨਵਰੀ 'ਚ, 13 ਜਨਵਰੀ 'ਚ ਲੱਗਿਆ ਸੀ ਘਰ, ਅਤੇ ਡੌਂਕੀ ਰਾਹੀਂ ਗਿਆ ਸੀ। ਠੀਕ ਹੈ ਜੀ, ਅਤੇ ਹੁਣ ਉਸ ਤੋਂ ਬਾਅਦ ਸਟੋਰ 'ਤੇ ਕੰਮ ਕੀਤਾ ਨਾ ਜਾ ਕੇ, ਸ਼ੁਰੂ 'ਚ ਆ ਕੇ, ਫਿਰ ਉਸ ਤੋਂ ਬਾਅਦ ਟਰਾਲਾ ਸਿੱਖਿਆ ਉਹਨੇ ਆਪਣਾ, ਅਤੇ ਉਸ ਤੋਂ ਬੜਾ ਸੋਹਣਾ ਕੰਮ ਕਰਦਾ ਪਿਆ ਸੀ। ਅਚਾਨਕ ਐਕਸੀਡੈਂਟ ਹੋ ਗਿਆ, ਬਸ ਹੁਣ ਪਤਾ ਚੱਲ ਇਸ ਤਰ੍ਹਾਂ ਹੋਇਆ ਕਿਵੇਂ ਆ। ਗੱਡੀ ਟਰਾਲਾ ਖਿਲਾਰ ਕੇ ਸਾਈਡ 'ਤੇ ਆਪਣਾ ਕੋਈ ਸਮਾਨ ਲੈਣ ਗਿਆ, ਖਾਣ ਵਾਸਤੇ ਕੋਈ ਲੈਣਾ ਸੀ, ਉਹਦੇ ਕੋਲ ਗੱਡੀ ਕੋਈ ਆਈ, ਉਹ ਗੱਡੀ ਹਿੱਟ ਕਰ ਗਈ। ਕਦੋਂ ਦੀ ਗੱਲ ਹੈਗੀ? ਸੰਤ ਸਵੇਰੇ ਫੋਨ ਆਇਆ ਜੀ, 6:30 ਵਜੇ ਨਾਲ ਤਕਰੀਬਨ। ਕਦੋਂ ਦੱਸਦੇ ਐਕਸੀਡੈਂਟ ਹੋਇਆ ਉੱਥੇ? ਇਹ ਦੱਸਿਆ ਕਿੰਨੀ ਕਦੋਂ ਹੋਇਆ ਵਾ, ਸੰਤ ਸਵੇਰੇ ਪਤਾ ਲੱਗਾ। ਹੁਣ ਤੁਹਾਡੀ ਅਖੀਰਲੀ ਵਾਰ ਗੱਲ ਕਦੋਂ ਹੋਈ ਆਪਣੇ ਬੇਟੇ ਨਾਲ? ਮੈਨੂੰ ਤਾਂ 4-5 ਦਿਨ ਹੋਏ ਗੱਲ ਨਹੀਂ ਹੋਈ ਸੀ। ਆਪਣੀ ਮਾਂ ਨੇ ਗੱਲ ਕਰਦਾ ਸੀ ਉਹਦੇ ਫੋਨ 'ਤੇ, ਕਿਉਂਕਿ ਮੇਰਾ ਫੋਨ ਖਰਾਬ ਸੀ ਅਤੇ ਤਾਂ ਮੇਰੀ ਗੱਲ ਘੱਟ ਹੁੰਦੀ ਸੀ। ਹਾਂਜੀ, ਕਿਹੜੇ ਸ਼ਹਿਰ 'ਚ ਰਹਿੰਦਾ ਸੀ? ਉਹ ਰਹਿੰਦਾ ਹੀ ਕੈਲੀਫੋਰਨੀਆ 'ਚ। ਪੱਕਾ ਹੋ ਗਿਆ ਸੀ ਕਿ ਨਹੀਂ? ਨਹੀਂ, ਪੱਕਾ ਹੋ ਗਿਆ ਸੀ, ਗ੍ਰੀਨ ਕਾਰਡ ਅਪਲਾਈ ਕੀਤਾ, ਉਹ ਨਹੀਂ ਮਿਲਿਆ ਸੀ ਨਾ, ਪੱਕਾ ਤਾਂ ਹੋ ਗਿਆ ਸੀ। ਜਿਹੜਾ ਹਾਦਸਾ ਵਾਪਰਿਆ ਕਿਹੜੇ ਸ਼ਹਿਰ 'ਚ ਵਾਪਰਿਆ? ਵੀ ਨਹੀਂ ਪਤਾ ਕਿਹੜੇ ਸ਼ਹਿਰ 'ਚ ਵਾਪਰਿਆ, ਕਿੱਥੇ? ਮੈਰੀਲੈਂਡ ਕਹਿੰਦੇ। ਹਾਂਜੀ ਹਾਂਜੀ, ਜਾਣਕਾਰੀ ਮੁਤਾਬਕ ਇਹ ਨੌਜਵਾਨ ਟਰੱਕ ਲੈ ਕੇ ਮੈਰੀਲੈਂਡ ਸ਼ਹਿਰ ਗਿਆ ਹੋਇਆ ਸੀ। ਇਸ ਦੌਰਾਨ ਅਮਰੀਕਾ ਦੇ ਸਮੇਂ ਦੇ ਅਨੁਸਾਰ ਸ਼ਾਮ 6 ਵਜੇ ਜਦ ਉਹ ਟਰੱਕ ਤੋਂ ਥੱਲੇ ਉਤਰ ਕੇ ਦੁਕਾਨ ਦੇ ਵਿੱਚ ਜਾਣ ਲਈ ਸੜਕ ਕ੍ਰੋਸ ਕਰਨ ਲੱਗਾ ਤਾਂ ਇੱਕ ਤੇਜ਼ ਰਫ਼ਤਾਰ ਕਾਰ ਆਈ ਅਤੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਗੁਹਾਰ ਲਗਾਈ ਹੈ। ਜੀ, ਸਾਡੇ ਪਿੰਡ ਤੋਂ ਸੀ ਜੀ ਰਾਜਵਿੰਦਰ ਸਿੰਘ, 22 ਸਾਲ ਉਮਰ ਸੀ ਇਹਦੀ, ਅਤੇ ਇੱਥੋਂ ਰੋਜ਼ੀ ਰੋਟੀ ਕਮਾਉਣ ਵਾਸਤੇ ਪਰਿਵਾਰ ਬਹੁਤ ਸਧਾਰਨ ਪਰਿਵਾਰ ਹੈ। ਇਹਨਾਂ ਨੇ ਇੱਥੋਂ ਮਿਹਨਤ ਕਰਕੇ ਆਪਣੇ ਮੁੰਡੇ ਨੂੰ ਅਮੈਰੀਕਾ ਭੇਜਿਆ ਸੀ, 2018 'ਚ ਗਿਆ ਸੀ, ਅਤੇ ਅੱਜ ਸਵੇਰੇ ਕੋਈ 6:30 ਵਜੇ ਫੋਨ ਆਇਆ ਕਿ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ ਹੈ, ਅਤੇ ਆਪਣਾ ਕੋਈ ਗੇੜਾ ਲਾ ਰਿਹਾ ਸੀ, ਟਰੱਕ ਚਲਾਉਂਦਾ ਸੀ, ਟਰੱਕ ਲੈ ਕੇ ਜਾ ਰਿਹਾ ਸੀ ਅਤੇ ਕੋਈ ਜ਼ਰੂਰੀ ਸਮਾਨ ਵਾਸਤੇ ਉਤਰਿਆ ਸੀ ਕੋਈ ਸਟੋਰ 'ਤੇ, ਅਤੇ ਰੋਡ ਕ੍ਰੋਸ ਕਰਨ ਲੱਗੇ ਗਏ ਜਾਂ ਪਤਾ ਹਰੇ ਤੱਕ ਉਹਦੇ ਇਹਨਾਂ ਦੇ ਬ੍ਰਦਰ ਗਏ ਨੇ, ਦੱਸ ਰਹੇ ਨੇ ਕਿ ਹਰੇ ਗੱਡੀ 'ਚੋਂ ਜਿੱਦਾਂ ਹੀ ਉਤਰ ਲੱਗਾ ਪਿੱਛੋਂ ਕੋਈ ਕਾਰ ਸਵਾਰ ਨੇ ਉਹ 'ਚ ਹਿੱਟ ਕਰਕੇ ਉਹਦੀ ਔਨ ਦੀ ਸਪੋਟ ਡੈਥ ਹੋ ਗਈ। ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਵੀ ਜਿੱਦਾਂ ਹੁਣ ਬੋਡੀ ਉਹਦੀ ਇੱਥੇ ਲਿਆਉਣੀ ਹੈ? ਇਹੋ ਹੀ ਅਸੀਂ ਤਾਂ ਆਮ ਦੀ ਸਰਕਾਰ ਭਗਵੰਤ ਮਾਨ ਜੀ ਕੋਈ ਇਹੋ ਹੀ ਮੰਗ ਕਰਦੇ ਹਾਂ ਕਿ ਇਹ ਬਹੁਤ ਸਧਾਰਨ ਪਰਿਵਾਰ ਹੈ ਅਤੇ ਸੈਂਟਰ ਸਰਕਾਰ ਨਾਲ ਗੱਲਬਾਤ ਕਰਕੇ ਅਤੇ ਜੇ ਉਹ ਇਸਦੀ ਬੋਡੀ ਹੈ ਉਹਨੂੰ ਇੱਥੇ ਲਿਆਂਦਾ ਜਾਵੇ ਇੰਡੀਆ, ਤਾਂ ਜੋ ਪਰਿਵਾਰ ਬਾਰੇ ਉਹਦੇ ਲਾਸਟ ਜਿਹੜੇ ਦਰਸ਼ਨ ਆਪਣੇ ਜੇ ਰਸਮਾਂ ਜੋ ਵੀ ਸਾਡੇ ਹੁੰਦੀਆਂ ਨੇ ਉਹ ਪਰਿਵਾਰ ਆਪ ਸਕੇ। ਨਡਾਲਾ ਤੋਂ ਸੰਦੀਪ ਕੌਲ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।